अज इत्थे वीर नारायण जी भी पहुँचे हुए थे और श्री नरेशसूरी जी भी पहुँचे हुए ता जो अपनी जिहड़ी नेक कमाई आ उहदे विच इहनां दी मदद कीती जावे। सरपंच साहब नाल मेरी ऑफ कैमरा गल हुई तां इह वी पता लग्गिया कि आले दुआले दे पिंडां दे लोकां ने बहुत मदद कीती है। हालांकि इहनां दा रहिण बसेरा एक वारी दिखा दो कैमरा रोटेट करके, ये पिंड दा जिहड़ा सांझ केंद्र है उत्थे इहनां नूं मौका दित्ता गया तां जो अपना ये जिहड़ा जिंदगी दा लाइवलीहुड आ उह मैनेज कर सकन। जदों किसी ने बाह नहीं फड़िया, कोई भी इन्होंने कोल एक भी चीज़ नहीं सी, रात नूं बैठण लई उठण लई लोकां ने हुम हुमा के बहुत वड्डा मतलब उगारा दिता। मैं इन्ना मतलब धन्नवाद करदा इलाके ने जिन्होंने कि दुख की घड़ी दे विच बाह फड़ी इन्हां दी। मेरे ख्याल च इन्हां को पहुँच चुका है भांडे भी, जिहड़ी कोई होर इन्हां नूं नसैसिटी जरूरत होगी वो असीं अज भी जिवें कि सर नारायण सिंह होणा ने कोई लै के जिहड़ी नुआर सीगी इन्हां नूं मंजिआं दे के गए आ, ते अज कपड़े नरेशसूरी जी आए आ जिहड़े कि अपने पी वी बत्ती वाले चैनल दे नाल, ते उन्हां दा वी धन्नवाद आ जिन्होंने आ के अज इन्हां नूं रहण दे वास्ते कपड़े सूट वंडे आ। ते असीं इहनां दी सलाह नाल कल वी इहनां नाल गलबात हुई सी, मैं कहा सरपंच साहब वी पैसे पिंड वल्लों आए आ, इह कहिंदा असीं वी नवार देणी चाहुंदे आ, असीं अज क्यों इहनां कोल सौण लई मंजिआं दी प्रॉब्लम सीगी वी जिहड़े मंजे जल गए नवारां जल गईआं सी, वी चलो मंजे हैगे आ वी उह मंजे बुणे जाण ना। देखो जी, जे असीं सरपंच साहब नाल सलाह नाल काम करदे आ उहदा सानूं ज़्यादा बेनीफिट मिलदा, असीं अपने तौर ते कोई समान जिहड़ी चीज़ हैगी असीं उही लिया लिया देई जाइए उहदा फिर अपना नुकसान आ। लोड़ सीगी बहुत वधिया गल आ जी, जिवें हुण अपनी इहनूं किसे नूं संभालूगी अपने पा के, ते इहनां कोल बिल्कुल एक भी चीज़ नहीं सी जिस वेले इत्थों झुंगियां दा साड़िया, ते इह बहुत वड्डा उपराला आ। मैं फिर नरेशसूरी जी दा धन्नवाद करदा। ਜੇਕਰ ਕੋਈ ਹੋਰ ਵੀ ਵੀਰ ਭੈਣ ਭਰਾ ਚਾਹੁੰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਹਾਲੇ ਇਹਨਾਂ ਦੀ ਰਿਕੁਆਇਰਮੈਂਟਸ ਹੈਗੀਆਂ ਆ, ਕਿਉਂਕਿ ਇਕੱਲੀ ਇਕੱਲੀ ਚੀਜ਼ ਇਹਨਾਂ ਦੀ ਸੜ ਕੇ ਸਵਾਹ ਹੋ ਗਈ ਸੀਗੀ, ਨਾ ਕੱਪੜਾ ਬਚਿਆ ਸੀ, ਨਾ ਭਾਂਡੇ ਟੀਂਡੇ ਬਚੇ ਸੀਗੇ, ਨਾ ਰਾਸ਼ਨ ਬਚਿਆ, ਨਾ ਇਹਨਾਂ ਦੀਆਂ ਝੁੱਗੀਆਂ ਬਚੀਆਂ, ਰਹਿਣ ਬਸੇਰਾ ਕੁਝ ਵੀ ਨਹੀਂ ਬਚਿਆ। ਜੇ ਹੋਰ ਵੀ ਕੋਈ ਚਾਹੁੰਦਾ ਇਹਨਾਂ ਦੀ ਮਦਦ ਕਰਨੀ ਤਾਂ ਜ਼ਰੂਰ ਪਿੰਡ ਭਾਟਾ ਕਲਾ ਕੇ ਸਰਪੰਚ ਸਾਹਿਬ ਨੂੰ ਮਿਲਿਆ ਜਾਵੇ, ਕਿਉਂਕਿ ਨਾ ਕੱਦ ਬੜਾ ਹੁੰਦਾ ਹੈ ਨਾ ਪੱਦ ਬੜਾ ਹੁੰਦਾ ਹੈ, ਅਸਲ 'ਚ ਜੋ ਮੁਸੀਬਤ ਵਿੱਚ ਕਿਸੇ ਨਾਲ ਖੜਾ ਹੁੰਦਾ ਹੈ ਉਹੀ ਬੜਾ ਹੁੰਦਾ। ਵਿਭੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ਵਰੀ। ਦੋਸਤੋ, ਤੁਹਾਨੂੰ ਪਤਾ ਹੈ ਕਿ ਚੰਦ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀ ਕਿ ਪਿੰਡ ਭਾਟਾ ਕਲਾ ਵਿਖੇ ਝੁੱਗੀਆਂ ਨੂੰ ਅੱਗ ਲੱਗ ਗਈ ਸੀ, ਲੇਕਿਨ ਉਹ ਔਖੀ ਘੜੀ ਸਿਰਫ ਇਹਨਾਂ ਝੁੱਗੀਆਂ ਵਾਲਿਆਂ 'ਤੇ ਨਹੀਂ ਆਈ, ਉਹ ਮੁਸ਼ਕਿਲਾਂ ਜਿਹੜੀ ਇਹਨਾਂ 'ਤੇ ਆਈ ਆ ਉਹ ਇਕੱਲੇ ਇਹ ਨਹੀਂ ਨਜਿੱਠ ਰਹੇ, ਸਗੋਂ ਕਿ ਪਿੰਡ ਵਾਸੀ ਵੀ ਇਹਨਾਂ ਦੀ ਮਦਦ ਕਰ ਰਹੇ ਆ, ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਆ, ਹਰ ਰੋਜ਼ ਇਹਨਾਂ ਦੀ ਮਦਦ ਕਰਨ ਲਈ ਇਹ ਵੀ ਮਸ਼ੱਕਤ ਕਰ ਰਹੇ ਆ, ਇਹ ਵੀ ਕੋਸ਼ਿਸ਼ਾਂ ਕਰ ਰਹੇ ਆ। ਅੱਜ ਇੱਥੇ ਵੀਰ ਨਾਰਾਇਣ ਜੀ ਵੀ ਪਹੁੰਚੇ ਹੋਏ ਸੀਗੇ ਔਰ ਸ਼੍ਰੀ ਨਰੇਸ਼ਸੂਰੀ ਜੀ ਵੀ ਪਹੁੰਚੇ ਹੋਏ ਆ ਤਾਂ ਜੋ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ। ਸਰਪੰਚ ਸਾਹਿਬ ਨਾਲ ਮੇਰੀ ਔਫ ਕੈਮਰਾ ਗੱਲ ਹੋਈ ਤਾਂ ਇਹ ਵੀ ਪਤਾ ਲੱਗਿਆ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ। ਹਾਲਾਂਕਿ ਇਹਨਾਂ ਦਾ ਰਹਿਣ ਬਸੇਰਾ ਇੱਕ ਵਾਰੀ ਦਿਖਾ ਦਿਓ ਕੈਮਰਾ ਰੋਟੇਟ ਕਰਕੇ, ਇਹ ਪਿੰਡ ਦਾ ਜਿਹੜਾ ਸਾਂਝ ਕੇਂਦਰ ਹੈ ਉੱਥੇ ਇਹਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਜੋ ਆਪਣਾ ਇਹ ਜਿਹੜਾ ਜ਼ਿੰਦਗੀ ਦਾ ਲਾਈਵਲੀਹੁੱਡ ਆ ਉਹ ਮੈਨੇਜ ਕਰ ਸਕਣ, ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਚਲਾ ਸਕਣ। ਸਰਪੰਚ ਸਾਹਿਬ ਤੋਂ ਪਹਿਲਾਂ ਜਾਣ ਲੈਂਦੇ ਕਿਉਂਕਿ ਪਹਿਲੀ ਵੀਡੀਓ ਜਿਹੜੀ ਪਈ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਹਾਲੇ ਤੱਕ ਕਿੰਨੀ ਕੁ ਮਦਦ ਆ ਗਈ ਆ ਉਹ ਸਰਪੰਚ ਸਾਹਿਬ ਤੋਂ ਜਾਣ ਲੈਂਦੇ, ਪਰ ਉਸ ਤੋਂ ਪਹਿਲਾਂ ਨਾਲ ਦੀ ਨਾਲ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਸਾਰੇ ਸੱਚੇ ਪਾਤਸ਼ਾਹ ਜਿਹੜਾ ਦਿਖਾਇਆ ਹੋਇਆ ਫਲਸਫਾ ਉੱਤੇ ਚੱਲ ਰਿਹਾ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆ ਰਿਹਾ, ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਪੰਚ ਸਾਹਿਬ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ? ਮੈਂ ਸਭ ਤੋਂ ਪਹਿਲਾਂ ਤਾਂ ਪੀ ਵੀ ਬੱਤੀ ਚੈਨਲ ਵਾਲਿਆਂ ਦਾ ਧੰਨਵਾਦ ਤਹਿ ਦਿਲੋਂ ਕਰਦਾ, ਜਿਨ੍ਹਾਂ ਨੇ ਕਿ ਉਸ ਦਿਨ ਵੀ ਬਹੁਤ ਵੱਡੀ ਸੇਵਾ ਨਿਭਾਈ ਆ ਕਿ ਬੜ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੋ ਉਦਣ ਭਾਣਾ ਬੀਤਿਆ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਉਸ ਦਿਨ ਜੋ ਵਾਪਰਿਆ ਸੀਗਾ ਬਹੁਤ ਮੰਦਭਾਗਾ ਹੀ ਘਟਨਾ ਸੀ, ਅਤੇ ਉਹਦੇ ਵਾਸਤੇ ਜੋ ਵੀ ਸੰਗਤਾਂ ਨੇ ਹੁੰਮ ਹੁਮਾ ਕੇ ਬੜੀ ਹੀ ਕੋਸ਼ਿਸ਼ ਕੀਤੀ, ਜੋ ਕਿ ਗੁਰੂਆਂ ਨੇ ਸਾਨੂੰ ਆਪਣੇ ਦਸਾਂ ਦੀ ਕਿਰਤ ਕਰਨ ਦੇ ਵਾਸਤੇ ਦਿੱਤਾ ਉਹਦੇ ਵਿੱਚੋਂ ਦਸਵੰਧ ਕੱਢ ਕੇ ਲੋਕਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ, ਜਿਵੇਂ ਕਿ ਵਜੀਦਪੁਰ ਤੋਂ ਬਹੁਤ ਵੱਡਾ ਸਰ ਨਾਰਾਇਣ ਸਿੰਘ ਹੋਣਾ ਨੇ ਬਹੁਤ ਉਪਰਾਲਾ ਕੀਤਾ, ਸਰ ਗੁਰਬਖਸ਼ ਸਿੰਘ ਜੀ ਹੁਣੀ, ਸਰ ਬਿੱਕਰ ਸਿੰਘ ਜੀ ਸਾਡੀ ਮੈਂਬਰ ਪੰਚਾਇਤ ਜਿਹੜੇ ਆ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਵੱਡਾ, ਕਿਰਪਾਲ ਸਾਗਰ ਤੋਂ ਰੂਹਾਨੀ ਸਤਸੰਗ ਬੈਰਸੀਆਂ ਤੋਂ ਵੀ ਵੱਡੀ ਮਤਲਬ ਦੇ ਕੇ ਗਏ ਆ ਰਾਤ ਇੱਥੇ, ਅਤੇ ਉਹਨਾਂ ਨੇ ਨਲਕਾ ਲਵਾਇਆ ਸਰ ਰਮਿੰਦਰ ਸਿੰਘ ਹੁਸੈਨਪੁਰੀ ਨੇ, ਉਹਨਾਂ ਨੇ ਵੀ ਇੱਥੇ ਨਲਕੇ ਦੇ ਵਿੱਚ ਰੋਜ਼ ਪਾਣੀ ਜਿਹੜਾ ਸੀਗਾ ਅਸੀਂ ਟੈਂਕਰ ਲੈ ਕੇ ਆਉਂਦੇ ਸੀਗੇ, ਉਹ ਫਿਰ ਦੱਸਿਆ ਗਿਆ ਤਾਂ ਉਹਨਾਂ ਦੇ ਰੂਹਾਨੀ ਸਤਸੰਗ ਵਾਲਿਆਂ ਨੇ ਉਹਨਾਂ ਦੇ ਉਪਰਾਲੇ ਦੇ ਨਾਲ ਨਲਕਾ ਲਾ ਕੇ ਗਏ ਆ, ਅਤੇ ਇਹ ਬਹੁਤ ਵੱਡੀ ਭਲਾਈ ਆ ਕਿ ਜਿਹੜਾ ਕਿ ਇੱਕ ਜਦੋਂ ਕਿਸੇ ਨੇ ਬਾਹ ਨਹੀਂ ਫੜਿਆ, ਕੋਈ ਵੀ ਇਹਨਾਂ ਦੇ ਕੋਲ ਇੱਕ ਵੀ ਚੀਜ਼ ਨਹੀਂ ਸੀ, ਰਾਤ ਨੂੰ ਬੈਠਣ ਲਈ ਉੱਠਣ ਲਈ ਲੋਕਾਂ ਨੇ ਹੁੰਮ ਹੁਮਾ ਕੇ ਬਹੁਤ ਵੱਡਾ ਮਤਲਬ ਉਗਾਰਾ ਦਿੱਤਾ। ਮੈਂ ਇੰਨਾ
ਮਤਲਬ ਧੰਨਵਾਦ ਕਰਦਾ ਇਲਾਕੇ ਨੇ ਜਿਨ੍ਹਾਂ ਨੇ ਕਿਸੇ ਦੁੱਖ ਦੀ ਘੜੀ ਦੇ ਵਿੱਚ ਬਾਂਹ ਫੜੀ ਇਹਨਾਂ ਦੀ। ਮੈਂ ਫਿਰ ਸਰਪੰਚ ਸਾਹਿਬ ਇਹ ਵੀ ਪਤਾ ਲੱਗਿਆ ਕਹਿੰਦੇ ਕਿ ਭਾਂਡੇ ਟਿੰਡੇ ਦੀ ਜਿਹੜੀ ਲੋੜ ਸੀ ਰਿਕੁਆਇਰਮੈਂਟਸ ਉਹ ਵੀ ਪੂਰੀ ਹੋ ਚੁੱਕੀ ਹੈ। ਉਹ ਵੀ ਭਾਂਡੇ ਸੀਗੇ, ਉਹ ਭਾਂਡਿਆਂ ਦਾ ਜਿੰਨੇ ਪਤੀਲੇ ਸੀਗੇ ਉਹ ਸਾਰੇ ਦਿੱਤਾ ਗਿਆ, ਰਾਸ਼ਨ ਪਾਣੀ ਦਿੱਤਾ ਗਿਆ, ਜਿਹੜੇ ਟੈਂਟ ਸੀਗੇ ਉਹ ਵੀ ਲੈ ਕੇ ਤਰਪਾਲਾਂ ਇਹਨਾਂ ਨੂੰ ਦਿੱਤੀਆਂ ਗਈਆਂ ਇਮੀਜੀਏਟ ਲਈ ਉਸ ਦਿਨ। ਅਤੇ ਤਿੰਨ ਚਾਰ ਦਿਨ ਤਾਂ ਪੰਜ ਦਿਨ ਆਲੇ ਦੁਆਲੇ ਦੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੰਗਤਾਂ ਨੇ, ਜਿਵੇਂ ਕਿ ਕਿਰਪਾਲ ਸਾਗਰ ਤੋਂ ਹੋ ਗਿਆ, ਦਰੀਆਪੁਰ ਤੋਂ ਹੋ ਗਿਆ, ਅਤੇ ਇੱਧਰੋਂ ਆਪਣੇ ਵਜੀਦਪੁਰ ਤੋਂ ਵੀ ਆਇਆ, ਅਤੇ ਲਾਲੇਆਲ ਤੋਂ ਸਾਰਿਆਂ ਨੇ ਹੁੰਮ ਆ ਕੇ ਬੜੀ ਇਹਨਾਂ ਦੀ ਮਦਦ ਕੀਤੀ ਹੈ। ਮੈਂ ਤਹਿ ਦਿਲੋਂ ਇਲਾਕੇ ਦਾ ਵੀ ਧੰਨਵਾਦ। ਕੱਲ੍ਹ ਸਾਡੀ ਗੱਲ ਹੋਈ ਸੀਗੀ ਰਾਸ਼ਨ ਨੂੰ ਲੈ ਕੇ, ਰਾਸ਼ਨ ਹਾਲੇ ਅਵੇਲੇਬਲ ਹੈਗਾ? ਹਾਂਜੀ ਹਾਂਜੀ, ਰਾਸ਼ਨ ਇਹਨਾਂ ਕੋਲ ਜਿਹੜਾ ਲਗਭਗ ਕਾਫੀ ਮੇਰੇ ਖਿਆਲ 'ਚ ਇਹਨਾਂ ਕੋਲ ਪਹੁੰਚ ਚੁੱਕਾ ਆ। ਭਾਂਡੇ ਵੀ ਜਿਹੜੀ ਕੋਈ ਹੋਰ ਇਹਨਾਂ ਨੂੰ ਨਸੈਸਿਟੀ ਜ਼ਰੂਰਤ ਹੋਊਗੀ ਉਹ ਅਸੀਂ ਅੱਜ ਵੀ ਜਿਵੇਂ ਕਿ ਸਰ ਨਰਾਇਣ ਸਿੰਘ ਹੋਣਾਂ ਦੇ ਕੋਈ ਲੈ ਕੇ ਜਿਹੜੇ ਨੁਆਰ ਸੀਗੀ ਇਹਨਾਂ ਨੂੰ ਮੰਜਿਆਂ ਦੇ ਕੇ ਗਏ ਆ, ਅਤੇ ਅੱਜ ਕੱਪੜੇ ਨਰੇਸ਼ ਸ਼ੁਰੂ ਜੀ ਆਏ ਆ ਜਿਹੜੇ ਕਿ ਆਪਣੇ ਪੀਵੀ ਬੱਤੀ ਵਾਲੇ ਚੈਨਲ ਦੇ ਨਾਲ, ਅਤੇ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਅੱਜ ਇਹਨਾਂ ਨੂੰ ਰਹਿਣ ਦੇ ਵਾਸਤੇ ਕੱਪੜੇ ਸੂਟ ਵੰਡੇ ਆ, ਅਤੇ ਕੱਲ੍ਹ ਜਿਹੜੇ ਸੀਗੇ ਇਹਨਾਂ ਨੂੰ ਗੱਦੇ ਅਤੇ ਚਾਦਰਾਂ ਅਤੇ ਉਹ ਦੇ ਕੇ ਗਏ ਆ ਆਪਣੇ ਵੈਰਸੀਆਂ ਤੋਂ। ਠੀਕ ਹੈ ਜੀ, ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਖੜੇ ਆ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਇਸ ਇਨਸਾਨੀਅਤ ਦੇ ਚੱਲਦੇ ਹੋਏ ਕਰਨਾ ਚਾਹੀਦਾ ਇਹਨਾਂ ਦੀ ਵੱਧ ਤੋਂ ਵੱਧ ਮਦਦ। ਅਸੀਂ ਵੀ ਉਹੀ ਗੱਲ ਸਾਂਝੀ ਕਰਨੀ ਚਾਹਾਂਗੇ ਕਿਉਂਕਿ ਜਿਵੇਂ ਸਾਡਾ ਸਰਪੰਚ ਸਾਹਿਬ ਨਾਲ ਤਾਲਮੇਲ ਹੋਇਆ ਤਾਂ ਹੀ ਸਾਨੂੰ ਪਤਾ ਲੱਗਿਆ ਕਿ ਐਕਚੁਅਲ ਰਿਕੁਆਇਰਮੈਂਟ ਕੀ ਹੈ, ਕਿਉਂਕਿ ਪਹਿਲਾਂ ਸਾਡਾ ਪਲੈਨ ਰਾਸ਼ਨ ਦਾ ਸੀਗਾ। ਰਾਸ਼ਨ ਜਦ ਆਲਰੇਡੀ ਹੈਗਾ, ਐਕਸੈਸਿਵ ਰਾਸ਼ਨ ਲਿਆਉਣ ਦੀ ਜ਼ਰੂਰਤ ਨਹੀਂ ਹੈ, ਤਾਂ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ, ਜਿਵੇਂ ਸਰਪੰਚ ਸਾਹਿਬ ਦੱਸਿਆ ਕਿ ਸ਼੍ਰੀ ਨਰੇਸ਼ ਸੂਰੀ ਜੀ ਕੱਪੜੇ ਲੈ ਕੇ ਆਏ ਆ, ਸਰਦਾਰ ਨਰਾਇਣ ਸਿੰਘ ਜੀ ਨਵਾਰ ਲੈ ਕੇ ਆਏ ਆ, ਕਿਉਂਕਿ ਮੰਜੇ ਬਣਾਉਣ ਦੀ ਰਿਕੁਆਇਰਮੈਂਟ ਹੈ, ਤਾਂ ਸਰਪੰਚ ਸਾਹਿਬ ਨਾਲ ਤਾਲਮੇਲ ਜ਼ਰੂਰ ਕਰੋ, ਕਿਉਂਕਿ ਸਰਪੰਚ ਸਾਹਿਬ ਬਹੁਤ ਮਿਹਨਤ ਕਰ ਰਹੇ ਆ, ਇਹਨਾਂ ਦਾ ਮਨੋਰਥ ਇਹਨਾਂ ਦੀ ਮਦਦ ਕਰਨੀ ਹੈ। ਹਾਲਾਂਕਿ ਇਹ ਮੁਸ਼ਕਤ ਇਕੱਲੀ ਇਹਨਾਂ 'ਤੇ ਨਹੀਂ ਆਈ, ਮੈਂ ਸਵੇਰ ਤੋਂ ਇੱਥੇ ਜਦੋਂ ਤੋਂ ਅਸੀਂ ਇੱਥੇ ਪਹੁੰਚਿਆ ਦੇਖ ਰਹੇ ਹਾਂ ਕਿ ਸਰਪੰਚ ਸਾਹਿਬ ਕੋ ਕਾਗਜ਼ਾਤ ਨੇ, ਨਾਮ ਇਕੱਲੇ ਇਕੱਲੇ ਟੱਬਰ ਦਾ ਲਿਖਿਆ, ਇਕੱਲੇ ਇਕੱਲੇ ਦੀ ਕੇਅਰ ਕਰਨੀ, ਇਕੱਲੇ ਇਕੱਲੇ ਤੱਕ ਚੀਜ਼ ਪਹੁੰਚਾਉਣੀ, ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹਨੂੰ ਸਰਪੰਚ ਸਾਹਿਬ ਬੜੇ ਹੀ ਇਮਾਨਦਾਰੀ ਨਾਲ ਨਿਭਾ ਰਹੇ ਆ। ਨਰਾਇਣ ਸਿੰਘ ਜੀ, ਤੁਸੀਂ ਕੀ ਕਹੋਗੇ ਜਿਹੜੀ ਜ਼ਿੰਮੇਵਾਰੀ ਸਰਪੰਚ ਸਾਹਿਬ ਨਿਭਾ ਰਹੇ ਆ ਜੀ? ਪੀਵੀ ਬੱਤੀ ਵਾਲਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਜੀ। ਸਰਪੰਚ ਸਾਹਿਬ ਨਾਲ ਜੀ ਸਾਡੇ ਪਹਿਲੇ ਦਿਨ ਅਸੀਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਸੀ ਵੀ ਜਿਹੜਾ ਕੋਈ ਵੀ ਜੇ ਕਿਸੇ ਨੇ ਦਾਨ ਦੇਣਾ ਸਰਪੰਚ ਸਾਹਿਬ ਨਾਲ ਸੰਪਰਕ ਕਰਕੇ ਦਿੱਤਾ ਜਾਵੇ ਤਾਂ ਹਰ ਇੱਕ ਬੰਦੇ ਨੂੰ ਇਕੱਲੇ ਇਕੱਲੇ ਨੂੰ ਦਿੱਤਾ ਜਾ ਸਕਦਾ। ਜੇ ਅਸੀਂ ਆਪਣੇ ਤੌਰ 'ਤੇ ਦੇਵਾਂਗੇ ਸਾਨੂੰ ਗਿਣਤੀ ਨਹੀਂ ਹੈਗੀ, ਪਤਾ ਨਾ ਸਰਪੰਚ ਸਾਹਿਬ ਦਾ ਬਹੁਤ ਵੱਡਾ ਰੋਲ ਆ ਜੀ। ਅਸੀਂ ਜਿੰਨਾ ਕੰਮ ਕੀਤਾ ਜੀ ਸਰਪੰਚ ਸਾਹਿਬ ਦੀ ਸਲਾਹ ਦੇ ਨਾਲ ਕੀਤਾ। ਪਹਿਲਾਂ ਵੀ ਸਾਨੂੰ ਸਰਦਾਰ ਮੋਹਨ ਸਿੰਘ USA ਤੋਂ ਪੈਸੇ ਆਏ ਸੀਗੇ ਜੀ, ਇਹਨਾਂ ਨਾਲ ਹੀ ਸਲਾਹ ਕੀਤੀ ਬਰਤਨਾਂ ਵਾਸਤੇ ਵੀ ਅਸੀਂ, ਅਤੇ ਬਰਤਨ ਵੀ ਅਸੀਂ ਲਿਸਟ ਬਣਾ ਕੇ ਇਕੱਲੇ ਇਕੱਲੇ ਨੂੰ ਦਿੱਤੇ ਗਏ ਜੀ। ਜਿੰਨਾ ਵੀ ਸਮਾਨ ਅਸੀਂ ਇਹਨਾਂ ਦੀ ਸਲਾਹ ਨਾਲ ਦਿੱਤੀ। ਕੱਲ੍ਹ ਵੀ ਇਹਨਾਂ ਦਾ ਗੱਲਬਾਤ ਹੋਈ ਸੀ, ਮੈਂ ਕਿਹਾ ਸਰਪੰਚ ਸਾਹਿਬ ਵੀ ਪੈਸੇ ਪਿੰਡ ਵੱਲੋਂ ਆਏ ਆ, ਇਹ ਕਹਿੰਦਾ ਸੀ ਮੈਂ ਨਵਾਰ ਦੇਣੀ ਚਾਹੁੰਦੇ ਹਾਂ ਅਸੀਂ ਨਾ, ਅਸੀਂ ਅੱਜ ਕਿਉਂ ਇਹਨਾਂ ਕੋਲ ਸੌਣ ਲਈ ਮੰਜਿਆਂ ਦੀ ਪ੍ਰੋਬਲਮ ਸੀਗੀ ਵੀ ਜਿਹੜੇ ਮੰਜੇ ਜਲ ਗਏ, ਨਵਾਰਾਂ ਜਲ ਗਈਆਂ ਸੀ, ਵੀ ਚਲੋ ਮੰਜੇ ਹੈਗੇ ਆ ਵੀ ਉਹ ਮੰਜੇ ਬੁਣੇ ਜਾਣ ਨਾ। ਦੇਖੋ ਜੀ, ਜੇ ਅਸੀਂ ਸਰਪੰਚ ਸਾਹਿਬ ਨਾਲ ਸਲਾਹ ਨਾਲ ਕੰਮ ਕਰਦੇ ਹਾਂ ਉਹਦਾ ਸਾਨੂੰ ਜ਼ਿਆਦਾ ਬੈਨੀਫਿਟ ਮਿਲਦਾ। ਅਸੀਂ ਆਪਣੇ ਤੌਰ 'ਤੇ ਕੋਈ ਸਮਾਨ ਜਿਹੜੀ ਚੀਜ਼ ਹੈਗੀ ਅਸੀਂ ਉਹੀ ਲਿਆ ਦੇਈ ਜਾਈਏ, ਉਹਦਾ ਫਿਰ ਆਪਣਾ ਨੁਕਸਾਨ ਆ। ਇਹ ਕਰਕੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ, ਇਹਨਾਂ ਨੇ ਬਹੁਤ ਚੜ੍ਹ ਵੱਧ ਕੇ ਸਹਿਯੋਗ ਕੀਤਾ, ਸੰਗਤ ਦਾ ਵੀ ਕੀਤਾ ਸਮਾਨ ਦੇਣ ਦੇ ਵਿੱਚ ਵੀ ਆਹ ਚੀਜ਼ ਲਿਆਓ ਆਹ ਚੀਜ਼ ਲਿਆਓ, ਇਹ ਸਭ ਤੋਂ ਵੱਡੀ ਚੀਜ਼ ਹੈਗੀ ਜੀ। ਉਹੀ ਜਿਹੜੇ ਡੋਨਰ ਆ ਜੇ ਕੋਈ ਮਦਦ ਕਰਨਾ ਚਾਹੁੰਦੇ ਆ ਇੱਥੇ ਆ ਕੇ ਸਿੱਧਾ ਕੈਸ਼ ਨਾ ਦਿੱਤਾ ਜਾਵੇ, ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਪਹਿਲਾਂ ਸਰਪੰਚ ਸਾਹਿਬ ਤੋਂ ਪੁੱਛਿਆ ਵੀ, ਕਿਉਂਕਿ ਸਰਪੰਚ ਸਾਹਿਬ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਆ। ਸਰਪੰਚ ਸਾਹਿਬ ਇਹਨਾਂ ਨੇ ਜਿਹੜੇ ਸੂਟ ਦਿੱਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ ਹਾਂਜੀ, ਉਹ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਲੋੜ ਸੀਗੀ, ਬਹੁਤ ਵਧੀਆ ਗੱਲ ਆ ਜੀ। ਜਿਵੇਂ ਹੁਣ ਆਪਣੀ ਇਹਨੂੰ ਕਿਸੇ ਨੂੰ ਸੰਭਾਲੂਗੀ ਆਪਣੇ ਪਾ ਕੇ, ਅਤੇ ਇਹਨਾਂ ਕੋਲ ਬਿਲਕੁਲ ਇੱਕ ਵੀ ਚੀਜ਼ ਨਾ ਸੀ ਜਿਸ ਵੇਲੇ ਇੱਥੋਂ ਝੁੰਗੀਆਂ 'ਚ ਸਾੜਿਆ, ਅਤੇ ਇਹ ਬਹੁਤ ਵੱਡਾ ਉਪਰਾਲਾ ਆ। ਮੈਂ ਫਿਰ ਨਰੇਸ਼ ਸ਼ੁਰੂ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਯੋਗਦਾਨ ਪਾਇਆ, ਬਾਕੀਆਂ ਨੂੰ ਵੀ ਸੁਝਾਅ ਦੇ ਰਹੇ ਆ, ਅਤੇ ਪੀਵੀ ਬੱਤੀ ਦਾ ਫਿਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ। ਅਤੇ ਮੈਂ ਜਿਵੇਂ ਸਟਾਰਟਿੰਗ ਹੀ ਅਤੇ ਗੱਲ ਕਹੀ ਸੀ ਕਿ ਨਾ ਕੱਦ ਬੜਾ ਹੁੰਦਾ ਨਾ ਪਦ ਬੜਾ ਹੁੰਦਾ, ਜਿਹੜਾ ਔਖੀ ਘੜੀ ਮੁਸੀਬਤ ਵਿੱਚ ਫਸੇ ਲੋਕਾਂ ਦੇ ਨਾਲ ਖੜਾ ਹੋ ਜਾਏ ਉਹੀ ਸਭ ਤੋਂ ਬੜਾ ਹੁੰਦਾ। ਸਰਪੰਚ ਸਾਹਿਬ ਨਾਲ ਖੜੇ, ਔਰ ਜਿਵੇਂ ਸਰਦਾਰ ਨਰਾਇਣ ਸਿੰਘ ਜੀ, ਸ਼੍ਰੀ ਨਰੇਸ਼ ਸੂਰੀ ਜੀ ਇੱਥੇ ਪਹੁੰਚੇ ਆ, ਹੋਰ ਬਹੁਤ ਦਾਨੀ ਸੱਜਣ ਇੱਥੇ ਪਹੁੰਚੇ, ਮਹਿੰਦਰ ਸਿੰਘ ਹੁਸੈਨਪੁਰ ਦੀ ਗੱਲ ਕਰ ਰਹੇ ਆ, ਕਿਰਪਾਲ ਸਾਗਰ ਤੋਂ ਗੱਲ ਕਰ ਰਹੇ, ਬੈਰਸੀਆਂ ਪਿੰਡ ਤੋਂ, ਵਜੀਦਪੁਰ ਤੋਂ, ਹਰ ਇੱਕ ਬੰਦੇ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਔਖੇ ਸਮੇਂ 'ਚ ਨਾਲ ਖੜੇ ਜਾਵੇ। ਤਾਂ ਹੋਰ ਜੇਕਰ ਕੋਈ ਹੋਰ ਵੀ ਵੀਰ ਭੈਣ ਭਰਾ ਚਾਹੁੰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ, ਕਿਉਂਕਿ ਹਾਲੇ ਇਹਨਾਂ ਦੀ ਰਿਕੁਆਇਰਮੈਂਟਸ ਹੈਗੀਆਂ ਆ, ਕਿਉਂਕਿ ਇਕੱਲੀ ਇਕੱਲੀ ਚੀਜ਼ ਇਹਨਾਂ ਦੀ ਸੜ ਕੇ ਸਵਾਹ ਹੋ ਗਈ ਸੀਗੀ, ਨਾ ਕੱਪੜਾ ਬਚਿਆ ਸੀ, ਨਾ ਭਾਂਡੇ ਟੀਂਡੇ ਬਚੇ ਸੀਗੇ, ਨਾ ਰਾਸ਼ਨ ਬਚਿਆ, ਨਾ ਇਹਨਾਂ ਦੀਆਂ ਝੁੱਗੀਆਂ ਬਚੀਆਂ, ਰਹਿਣ ਬਸੇਰਾ ਕੁਝ ਵੀ ਨਹੀਂ ਬਚਿਆ। ਜੇ ਹੋਰ
और दिलों कर रहे हैं। सब तो वड्डी गल है कि तनो मनो तुहानू दिलों कर रहे कि इन्हां दी मदद की जा सके। असीं सरपंच साहब की सेवा की जरूर एप्रीशिएशन करते हैं और सलाम करते हैं। सरपंच साहब तुसीं इस जजमेंट लगे बहुत बहुत मेहरबानी। ठीक है, बने रहना भी बत्ती नवां शहर अपने छोटे भी दिनेश सूरी कैमरा परसन जी को जस दो बजे फिर तो हाजिर होवांगे। सत श्री अकाल।